ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖੜੇ ਹਾਂ ਅਸੀਂ ਮਾਛੀਵਾੜੇ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਨ ਲਈ ਆਉਣਾ ਸੀ। ਮੈਂ ਜ਼ਿਆਦਾ ਕੁਛ ਨਹੀਂ ਕਹਿੰਦਾ, ਆਹ ਵੇਖ ਸੁਖਬੀਰ ਸਿੰਘ ਬਾਦਲ, ਇੱਥੋਂ ਰੱਬ ਰੁੱਸ ਗਿਆ। ਇਹ ਉਹ ਧਰਤੀ ਆ ਜਿੱਥੇ ਤੇਰੇ ਗਲ 'ਚ ਹਾਰ ਪੈਂਦੇ ਸੀ, ਹੁਣ ਹਜ਼ਾਰ ਬੰਦਾ ਤੇਰੇ ਖਿਲਾਫ਼ ਮੁਰਦਾਬਾਦ ਜਿੰਦਾਬਾਦ ਕਰਨ ਲਈ ਖੜ੍ਹਾ। ਇਸ ਲਈ ਮੈਂ ਤੈਨੂੰ ਬੇਨਤੀ ਕਰਦਾ, ਇਤੋਂ ਵੱਡੀ ਅਕਾਲੀ ਦਲ ਲਈ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ। ਜਿਹੜੇ ਅਕਾਲੀ ਦਲ ਨੂੰ ਲੋਕ ਹੱਥਾਂ 'ਤੇ ਚੱਕਦੇ ਸੀ, ਆਹ ਵੇਖ ਹਜ਼ਾਰਾਂ ਦਾ ਇਕੱਠ ਤੇਰੇ ਨਾਲ ਜਵਾਬ ਸਵਾਬ ਕਰਨ ਲਈ ਖੜ੍ਹਾ। ਤੂੰ ਕਹਿੰਦਾ ਸੀ ਚਾਰ ਟੋਟਰੂ ਨੇ, ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਜਿਹੜੇ 10 ਲੱਖ ਦੇ ਨਾਲ ਗੜੀ 'ਚ 40 ਬੰਦੇ ਮੁਕਾਬਲਾ ਕਰਦੇ ਰਹੇ ਨੇ। ਆਹ ਪੰਜਾਬ ਦਾ ਇਕੱਠ ਆ, ਆਹ ਪੰਜਾਬ ਦੇ ਲੋਕਾਂ ਦਾ ਇਕੱਠ ਆ, ਆਹ ਪੰਜਾਬ ਦੇ ਬਹਾਦਰ ਬੱਬਰ ਸ਼ੇਰਾਂ ਦਾ ਇਕੱਠ ਆ। ਸੁਖਬੀਰ ਸਿੰਘ ਬਾਦਲ, ਹੁਣ ਪੰਜਾਬ ਦੀ ਧਰਤੀ 'ਤੇ ਤੇਰੇ ਪੈਰ ਨਹੀਂ ਲੱਗਣੇ। ਜਿੰਨੇ ਮਰਜ਼ੀ ਡਰਾਮੇ ਕਰ ਲਾ, ਜਿੰਨੇ ਮਰਜ਼ੀ ਹਾਥੀ ਗੈਂਡੇ ਫੜ ਲਿਆ, ਜੋ ਮਰਜ਼ੀ ਕਰ ਲਾ, ਹੁਣ ਪੰਜਾਬ ਦੀ ਧਰਤੀ 'ਤੇ ਤੇਰੇ ਪੈਰ ਨਹੀਂ ਲੱਗਣੇ। ਆਹ ਜਾਗਦੀਆਂ ਜ਼ਮੀਰਾਂ ਵਾਲੇ ਮਰਦ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਫਰਨਾਮੇ ਵਿੱਚੋਂ ਜਨਮੇ ਹੋਏ ਜਰਨੈਲ ਦੇਖ ਮਾਛੀਵਾੜੇ ਸਾਹਿਬ ਦੀ ਧਰਤੀ 'ਤੇ, ਜਿਨ੍ਹਾਂ ਨੇ ਤੇਰੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਮੈਨੂੰ ਉਹ ਲਾਈਨਾਂ ਅੱਜ ਚੇਤੇ ਆ ਗਈਆਂ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਬਚਨ ਚੇਤੇ ਆ ਗਏ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਨੇ ਕਿਹਾ ਸੀ, ਬਾਪੂ ਵੇਖਦਾ ਰਹੀ ਤੂੰ ਬੈਠ ਕੱਢੇ, ਕਿਵੇਂ ਤਰਨਗੇ ਜੁਝਾਰਾ ਜੀ ਤੇਰੇ, ਟੁੱਪੀ ਮਾਰ ਕੇ ਸਰਸਾ ਦੀ ਰੋਹਣ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦੇਵਾਂਗੇ, ਝੋਰਾ ਕਰੀਨਾ ਬਾਪੂ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਫੜਾ ਦੇਵਾਂਗੇ। ਬਾਦਲ ਸਾਹਿਬ, ਤੇਰੀ ਟੱਕਰ ਪੰਥ ਨਾਲ ਆ, ਤੇਰੀ ਟੱਕਰ ਗ੍ਰੰਥ ਨਾਲ ਆ, ਤੇਰੀ ਟੱਕਰ ਬਾਬੇ ਗਿਆਂ ਦੇ ਨਾਲ ਆ। ਮੈਂ ਪਹਿਲਾਂ ਵੀ ਕਈ ਵਾਰ ਕਿਹਾ ਸੀ ਬਾਦਲ ਸਾਹਿਬ ਰੱਬ ਰੁੱਸ ਗਿਆ, ਰੱਬ ਰੁੱਸ ਗਿਆ। ਹਲੇ ਵੀ ਸਮਾਂ, ਨੰਗੇ ਪੈਰੀਂ ਸਿਰ 'ਤੇ ਜੁੱਤੀ ਰੱਖ ਕੇ ਅਕਾਲ ਤਖ਼ਤ 'ਤੇ ਪੇਸ਼ ਹੋ ਜਾ, ਹੋ ਸਕਦਾ ਤੇਰੀਆਂ ਪੁਸ਼ਤਾਂ ਬਖਸ਼ੀਆਂ ਜਾਣ, ਨਹੀਂ ਔਰੰਗਜ਼ੇਬ ਦੀਆਂ ਪੁਸ਼ਤਾਂ ਵਾਂਗ ਤੇਰੇ ਮੱਥੇ ਤੋਂ ਕਲੰਕ ਨਹੀਂ ਲੈਣਾ। ਆਹ ਦੇਖ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਲੋਕਾਂ ਨੇ ਤੇਰੇ ਪੈਰ ਨਹੀਂ ਲੱਗਣ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।